ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਸਪਲਿਟਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਆਓ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਆਬਕਾਰੀ ਨੀਤੀ ਮਾਮਲਾ ਅਦਾਲਤ ਨੇ ਸੰਜੇ ਸਿੰਘ ਦੀ ਨਿਆਇਕ ਹਿਰਾਸਤ 10 ਜਨਵਰੀ ਤੱਕ ਵਧਾਈ। 4 ਅਕਤੂਬਰ ਨੂੰ ਹੋਈ ਸੀ ਸੰਜੇ ਸਿੰਘ ਦੀ ਗ੍ਰਿਫਤਾਰੀ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ, ਲੋਕ ਸਭਾ ਚੋਣ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਚਰਚਾ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਬੈਠਕ ਵਿੱਚ ਰਹੇ ਮੌਜੂਦ। ਮੋਹਾਲੀ ਵਿੱਚ ਪੁਲਿਸ ਮੁਕਾਬਲੇ ਦੌਰਾਨ 2 ਗੈਂਗਸਟਰਾਂ ਨੂੰ ਲੱਗੀ ਗੋਲੀ, ਪੁਲਿਸ ਨੇ ਕੀਤੇ ਕਾਬੂ। ਦੋਵਾਂ ਨੇ ਕਾਂਗਰਸੀ ਆਗੂ ਦੇ ਘਰ ਉੱਤੇ ਚਲਾਈਆਂ ਸਨ ਗੋਲੀਆਂ। ਤੇ ਹੁਣ ਖਬਰਾਂ ਵਿਸਤਾਰ ਨਾਲ। ਦਿੱਲੀ ਦੀ ਇੱਕ ਅਦਾਲਤ ਨੇ ਆਬਕਾਰੀ ਨੀਤੀ ਨਾਲ ਜੁੜੇ ਇੱਕ ਘਪਲੇ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਦੀ ਨਿਆਇਕ ਹਿਰਾਸਤ 10 ਜਨਵਰੀ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ MK ਨਾਗਪਾਲ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਤੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਆਪਣੀ 5ਵੀਂ ਪੂਰਕ ਚਾਰਜਸ਼ੀਟ ਅਤੇ ਹੋਰ ਸੰਬੰਧਿਤ ਦਸਤਾਵੇਜ਼ਾਂ ਦੀ ਕਾਪੀ ਮੁਹੱਈਆ ਕਰਵਾਉਣ ਲਈ ਵੀ ਕਿਹਾ। ਅਦਾਲਤ ਨੇ ਕਿਹਾ ਕਿ ਇਸ ਨੂੰ 10 ਜਨਵਰੀ ਨੂੰ ਸੂਚੀਬੱਧ ਕਰੋ ਜਦੋਂ ਮੁੱਖ ਕੇਸ ਦੀ ਸੁਣਵਾਈ ਤੈਅ ਹੈ। ਸੰਜੇ ਸਿੰਘ ਨੂੰ ਕਥਿਤ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਵਿਰੋਧੀ ਏਜੰਸੀ ਨੇ ਸੰਜੇ ਸਿੰਘ ਨੂੰ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ED ਨੇ ਸਿੰਘ ਵਿਰੁੱਧ 2 ਦਸੰਬਰ ਨੂੰ ਆਪਣੀ 5ਵੀਂ ਇਸਤਗਾਸ਼ਾ ਸ਼ਿਕਾਇਤ ਦਰਜ ਕੀਤੀ ਸੀ ਅਤੇ ਅਦਾਲਤ ਨੇ 19 ਦਸੰਬਰ ਨੂੰ ਇਸਦਾ ਨੋਟਿਸ ਲਿਆ ਸੀ। 11 ਦਸੰਬਰ ਨੂੰ ਅਦਾਲਤ ਨੇ ਉਸਦੀ ਨਿਆਇਕ ਹਿਰਾਸਤ 10 ਦਿਨਾਂ ਲਈ ਵਧਾ ਦਿੱਤੀ ਸੀ। ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਕੇਜਰੀਵਾਲ ਅੱਜ ED ਸਾਹਮਣੇ ਪੇਸ਼ ਨਹੀਂ ਹੋਏ। ਦਰਅਸਲ ਕੇਜਰੀਵਾਲ ਹੁਸ਼ਿਆਰਪੁਰ ਵਿੱਚ ਵਿਪਾਸਨਾ ਧਿਆਨ ਸੈਂਟਰ ਵਿੱਚ ਗਏ ਹੋਏ ਨੇ। ਕੇਜਰੀਵਾਲ ਇੱਥੇ 10 ਦਿਨ ਰਹਿਣਗੇ। ਦਰਅਸਲ ਕੇਜਰੀਵਾਲ ਨੂੰ ED ਨੇ ਵੀਰਵਾਰ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਸੱਦਿਆ ਸੀ, ਪਰ ਉਹ ਬੁੱਧਵਾਰ ਨੂੰ 10 ਦਿਨ ਲਈ ਵਿਪਾਸਨਾ ਧਿਆਨ ਕੇਂਦਰ ਚਲੇ ਗਏ। ਸੂਤਰਾਂ ਨੇ ਮੁੱਖ ਮੰਤਰੀ ਦੇ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੇ ਤਾਜ਼ਾ ਸੰਮਨ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਗੈਰ ਕਾਨੂੰਨੀ ਦੱਸਿਆ। ਆਪਣੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਆਪਣਾ ਜੀਵਨ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਬਿਤਾਇਆ ਅਤੇ ਉਹਨਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਸੰਮਨ ਦੇ ਸਮੇਂ ਉੱਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਪਾਰਟੀ ਦੇ ਵਕੀਲ ਨੋਟਿਸ ਦਾ ਅਧਿਐਨ ਕਰ ਰਹੇ ਸਨ ਅਤੇ ਕਾਨੂੰਨੀ ਰੂਪ ਤੋਂ ਉਚਿਤ ਕਦਮ ਚੁੱਕਣ ਜਾ ਰਹੇ ਸਨ। ਪਾਰਟੀ ਨੇ ਕਿਹਾ ਕਿ ਕੇਜਰੀਵਾਲ ਦਾ ਵਿਪਾਸਨਾ ਸੈਸ਼ਨ ਪਹਿਲਾਂ ਤੋਂ ਤੈਅ ਸੀ ਅਤੇ ਜਾਣਕਾਰੀ ਜਨਤਕ ਸੀ। ਦੱਸ ਦੇ ਕਿ ED ਨੇ ਇਸ ਤੋਂ ਪਹਿਲਾਂ ਕੇਜਰੀਵਾਲ ਨੂੰ 2 ਨਵੰਬਰ 2023 ਨੂੰ ਸੰਮਨ ਭੇਜਿਆ ਸੀ, ਪਰ ਨੋਟਿਸ ਨੂੰ ਗੈਰ ਕਾਨੂੰਨੀ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਉਹ ਪੁੱਛਗਿੱਛ ਵਿੱਚ ਸ਼ਾਮਲ ਨਹੀਂ ਹੋਏ ਸਨ। ਲੋਕ ਸਭਾ ਚੋਣਾਂ 2024 ਵਿੱਚ ਚੋਣਾਵੀ ਰਣਨੀਤੀ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਪਾਰਟੀ ਵੱਡਾ ਫੈਸਲਾ ਲੈਣ ਜਾ ਰਹੀ ਹੈ। ਇਸ ਲਈ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਵਿੱਚ ਪਾਰਟੀ ਦੀ ਰਣਨੀਤੀ ਉੱਤੇ ਚਰਚਾ ਕਰਨ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ਵਿੱਚ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪਾਰਟੀ ਮੁਖੀ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰ ਆਗੂ ਸ਼ਾਮਲ ਹੋਏ ਨੇ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ ਇੰਡੀਆ ਦੀ ਬੈਠਕ ਦੇ 2 ਦਿਨਾਂ ਬਾਅਦ ਇਹ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ। ਹਾਲ ਹੀ ਵਿੱਚ ਹੋਈਆਂ 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਉੱਚ ਅਗਵਾਈ ਦੀ ਇਹ ਪਹਿਲੀ ਬੈਠਕ ਸੀ। ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਤੇਲੰਗਾਨਾ ਵਿੱਚ ਉਸਨੂੰ ਜਿੱਤ ਮਿਲੀ ਸੀ। ਕਾਂਗਰਸ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣ ਦੇ ਨਤੀਜੇ ਨਿਰਾਸ਼ਾਜਨਕ ਅਤੇ ਉਮੀਦਾਂ ਮੁਤਾਬਕ ਨਾ ਹੋਣ ਦੇ ਬਾਵਜੂਦ ਉਸਦਾ ਹੌਸਲਾ ਡਿੱਗਿਆ ਨਹੀਂ ਹੈ।
ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਨਾਮ ਅਦਾਲਤ ਵੱਲੋਂ ਸਾਲ 2008 ਦੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਸੁਣਾਈ ਗਈ। ਅਮਨ ਅਰੋੜਾ ਦਾ ਆਪਣੇ ਜੀਜਾ ਰਜਿੰਦਰ ਦੀਪਾ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਸੀ, ਜਿਸ ਵਿੱਚ ਰਜਿੰਦਰ ਦੀਪਾ ਨੇ ਸ਼ਿਕਾਇਤ ਕੀਤੀ ਸੀ ਕਿ ਅਮਨ ਅਰੋੜਾ ਨੇ ਕਥਿਤ ਤੌਰ 'ਤੇ ਕਈ ਲੋਕਾਂ ਨਾਲ ਮਿਲ ਕੇ ਉਸਦੇ ਘਰ ਉੱਤੇ ਹਮਲਾ ਕੀਤਾ ਹੈ। ਇਸ ਮਾਮਲੇ ਵਿੱਚ ਧਾਰਾ 452 ਦੇ ਤਹਿਤ 2 ਸਾਲ ਅਤੇ ਧਾਰਾ 323 ਦੇ ਤਹਿਤ 1 ਸਾਲ ਦੀ ਕੈਦ ਹੋਈ ਹੈ। ਇਸ ਤਹਿਤ 15 ਸਾਲ ਬਾਅਦ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ 2-2 ਸਾਲ ਦੀ ਸਜ਼ਾ ਅਤੇ ਜੁਰਮਾਨਾ ਵੀ ਲਗਾਇਆ ਗਿਆ। ਮੋਹਾਲੀ ਵਿੱਚ ਅੱਜ ਮੁੜ ਐਨਕਾਊਂਟਰ ਹੋਇਆ। ਖਰੜ ਦੇ ਦਾਊ ਮਾਜਰਾ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਮੋਹਾਲੀ ਜ਼ਿਲ੍ਹੇ ਦੀ CIA ਪੁਲਿਸ ਨੇ ਇਸ ਮੁਕਾਬਲੇ ਵਿੱਚ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਨੇ ਮੋਟਰਸਾਈਕਲ ਉੱਤੇ ਜਾ ਰਹੇ ਮੁਲਜ਼ਮਾਂ ਨੂੰ ਰੋਕਿਆ। ਇਸ ਦੌਰਾਨ ਉਹਨਾਂ ਦਾ ਮੋਟਰਸਾਈਕਲ ਡਿੱਗ ਪਿਆ ਅਤੇ ਉਹਨਾਂ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ। ਇਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ, ਜਿਸ ਦੌਰਾਨ ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਅਤੇ ਉਹਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੋਵਾਂ ਦੇ ਨਾਮ ਬ੍ਰਿਜਪਾਲ ਅਤੇ ਪ੍ਰਦੀਪ ਉਰਫ ਸ਼ੰਟੀ ਨੇ, ਦੋਵੇਂ ਹਰਿਆਣਾ ਦੇ ਨਰਾਇਣਗੜ੍ਹ ਦੇ ਰਹਿਣ ਵਾਲੇ ਨੇ। ਹਾਲ ਹੀ ਵਿੱਚ ਕੁਰਾਲੀ ਵਿੱਚ ਇੱਕ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਇਹ ਦੋਵੇਂ ਫਰਾਰ ਹੋਏ ਸਨ। ਨਰਾਇਣਗੜ੍ਹ ਦਾ ਰਹਿਣ ਵਾਲਾ ਹੈ ਤੇ ਇੱਕ ਪ੍ਰਦੀਪ ਉਰਫ ਸ਼ੈਂਟੀ, ਇਹ ਵੀ ਨਰਾਇਣਗੜ੍ਹ ਦਾ ਰਹਿਣ ਵਾਲਾ, ਨਰਾਇਣਗੜ੍ਹ ਅੰਬਾਲਾ ਹਰਿਆਣਾ ਦੇ ਵਿੱਚ ਪੈ ਜਾਂਦਾ। ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਡ ਸੀਗੇ ਅਤੇ ਇਹ ਦੋਨੋਂ ਅਕਿਊਜ਼ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਘੁੰਮਦੇ ਪਏ ਨੇ, ਸਾਡੀ CIA ਦੀ ਪਾਰਟੀਜ਼ ਇਮੀਜੀਏਟਲੀ ਏਰੀਆ ਦੀ ਸਰਚ 'ਤੇ ਲੱਗ ਗਈਆਂ ਅਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਊ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ CIA ਪਾਰਟੀ ਵੱਲੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਇਹਨਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਜਿਹੜੇ DSP ਸਾਹਿਬ ਦੀ ਕਾਰ ਦੇ ਵਿੱਚ ਹਿੱਟ ਕੀਤਾ, ਇੰਸਪੈਕਟਰ ਸਾਹਿਬ ਦੀ ਕਾਰ ਦੇ ਵਿੱਚ ਹਿੱਟ ਕੀਤਾ ਅਤੇ ਹਿੱਟ ਕਰਕੇ ਮੋਟਰਸਾਈਕਲ ਇੱਧਰ ਡਿੱਗ ਪਿਆ ਅਤੇ ਇਹਨਾਂ ਨੇ ਇਮੀਜੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰਤੀ ਅਤੇ ਫਾਇਰਿੰਗ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਏ, ਜਿਹਦੇ ਵਿੱਚ 3 ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤਾਂ 'ਤੇ ਵੱਜੀਆਂ ਅਤੇ 2 ਗੋਲੀਆਂ ਜਿਹੜੀਆਂ ਹੈਗੀਆਂ ਉਹ ਪ੍ਰਦੀਪ ਉਰਫ ਸ਼ੈਂਟੀ ਜਿਹੜੀ ਹੈਗੀ ਉਹਦੇ ਲੱਗੀਆਂ। ਤਾਂ ਇਹ ਜਿਹੜੇ ਸੀਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੌਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਅਤੇ ਇਹ ਪ੍ਰਿੰਸ ਚੌਹਾਨ ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟੋਰਸ਼ਨ ਕਾਲਸ ਕਰਦਾ ਹੈ ਅਤੇ ਅੱਗੇ ਇਹ ਫਰਦਰ ਲੱਕੀ ਪਟਿਆਲ ਗੈਂਗ ਦੇ ਨਾਲ ਜੁੜੇ ਹੋਏ ਨੇ ਅਤੇ ਇਹ ਜਿਹੜੇ ਕਾਲਸ ਕਰਦਾ ਹੈ ਇਸ ਇਹਨਾਂ ਦੋਨਾਂ ਦੇ ਫੜੇ ਜਾਣ ਨਾਲ ਇਹ ਜਿਹੜੇ ਮੁੱਖ ਬੰਦੇ ਸੀਗੇ ਜਿਹੜੇ ਇਸ ਬਲੌਂਗੀ ਝਾਮਪੁਰ ਅਤੇ ਮੁੱਲਾਪੁਰ ਕੁਰਾਲੀ ਏਰੀਆ ਦੇ ਵਿੱਚ ਪਿਛਲੇ ਕੁਛ ਸਮੇਂ ਤੋਂ ਜਿਹੜੀ ਐਕਸਟੋਰਸ਼ਨ ਕਾਲਸ ਆ ਰਹੀਆਂ ਸੀ, ਕਰੀਬ 7-8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀਆਂ ਹੈਗੀਆਂ ਅਤੇ ਇਹ ਇਹਨਾਂ ਦੇ ਪਿੱਛੇ ਇਹ ਹੀ ਜਿਹੜੇ ਸੀਗੇ ਆਰੋਪੀ ਸਨ ਅਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਦੇ ਅੱਠ ਦਸੰਬਰ ਨੂੰ ਕੁਰਾਲੀ ਏਰੀਆ ਦੇ ਵਿੱਚ ਇੱਕ ਜਿਹੜੇ ਕਮਲਜੀਤ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁਛ ਥਰੈਟ ਲੈਟਰ ਵੀ ਜਿਹੜੇ ਸਿੱਟੇ ਗਏ ਸਨ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਵ ਸੀਗੇ। ਸਾਡੀ ਅਸੀਂ ਪ੍ਰਿਲੀਮਿਨਰੀ ਜੋ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇਹ ਮੰਨੇ ਨੇ ਕਿ ਇਹੀ ਬੰਦੇ ਉਸ ਇੰਸੀਡੈਂਟ ਦੇ ਵਿੱਚ ਇਨਵੋਲਵ ਸੀਗੇ ਅਤੇ ਤੁਹਾਡੇ ਮਾਧਿਅਮ ਤੋਂ ਮੈਂ ਇਹੀ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ CM ਸਾਹਿਬ ਅਤੇ ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਆ ਮਾੜੇ ਅਨਸਰਾਂ ਵਿਰੁੱਧ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਸ਼ੁਰੂ ਕੀਤਾ ਗਿਆ ਹੈ ਇਹ ਉਸੇ ਦੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟੋਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ਼ ਬਿਲਕੁਲ ਸਖ਼ਤੀ ਨਾਲ ਡੀਲ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੇਅਰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧ ਅਤੇ ਸਤਿਕਾਰ ਭੇਟ ਕਰਨ ਤੋਂ ਬਾਅਦ ਮੀਥੇਅਰ ਨੇ ਕਿਹਾ ਕਿ ਅਜਿਹੀ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਵੀ ਨਹੀਂ ਮਿਲਦੀ। ਕੈਬਨਿਟ ਮੰਤਰੀ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਆਪਣਾ ਸਰਬੰਸ ਵਾਰ ਦਿੱਤਾ, ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਤੋਂ ਵੱਧ ਸੇਧ ਲੈ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਹਨੇ ਕਿਹਾ ਕਿ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਗੁਰੂ ਸਾਹਿਬ ਉਹਨਾਂ ਨੂੰ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਬਖਸ਼ਣ ਤਾਂ ਜੋ ਉਹ ਲੋਕਾਂ ਲਈ ਵੱਧ ਤੋਂ ਵੱਧ ਚੰਗਾ ਕੰਮ ਕਰ ਸਕਣ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੰਗਤ ਦੀ ਸਹੂਲਤ ਲਈ ਇੱਥੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਦੇਖੋ ਪ੍ਰਬੰਧ ਤਾਂ ਜੀ ਹਮੇਸ਼ਾ ਇੱਥੇ, ਕਿਉਂਕਿ ਸਾਰੀ ਭਾਵੇਂ ਕਿਉਂਕਿ ਕੋਈ ਸਰਕਾਰ ਹੋਵੇ, ਕਿਉਂਕਿ ਸ਼ਹਾਦਤ ਇੱਥੇ ਇੱਡੀ ਵੱਡੀ ਹੈ, ਜਿਹੜੇ ਪੁਖਤਾ ਪ੍ਰਬੰਧ ਨੇ ਕੀਤੇ ਜਾਂਦੇ ਆ। ਬਾਕੀ ਸੰਗਤ ਇੱਥੇ ਪੂਰੇ ਪੰਜਾਬ ਤੋਂ ਕਿ ਪੂਰੇ ਦੁਨੀਆ 'ਚ ਆਉਂਦੀ ਹੈ, ਜਿਹੜੀ ਪ੍ਰਬੰਧ ਵੀ ਇੱਥੇ ਆ ਕੇ ਕਰਦੇ ਆ, ਲੰਗਰ ਜਿਹੜੇ ਆ ਲਾਉਂਦੇ ਆ। ਕਿਉਂਕਿ ਤੁਸੀਂ ਦੁਨੀਆ ਦੇ ਜਿੰਨੇ ਧਰਮ ਹੈ, ਚਲੋ ਸ਼ਹਾਦਤਾਂ ਹਰੇਕ ਧਰਮ 'ਚ ਹੁੰਦੀਆਂ ਨੇ, ਪਰ ਦੁਨੀਆ ਦੇ ਇਤਿਹਾਸ ਖੋਲ੍ਹ ਲਓ, ਕਿਤੇ ਤੁਹਾਨੂੰ ਉਦਾਹਰਣ ਨਹੀਂ ਮਿਲਣੀ ਕਿ ਮਹਿਜ 7 ਸਾਲ ਅਤੇ 9 ਸਾਲ ਦੇ ਜਿਹੜੇ ਬੱਚਿਆਂ ਨੇ ਉਹਨਾਂ ਨੇ ਕਿਸੇ ਬਿਨਾਂ ਡਰ ਤੋਂ, ਜਿਨ੍ਹਾਂ ਨੂੰ ਲਾਲਚ ਵੀ ਦਿੱਤੇ ਗਏ ਹੁਣ ਡਰਾਇਆ ਵੀ ਹੋਵੇ, ਪਰ ਜ਼ੁਲਮ ਦੇ ਅੱਗੇ ਨਹੀਂ ਝੁਕੇ, ਅਤੇ ਇੱਡੀ ਛੋਟੀ ਉਮਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਅਤੇ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੇ ਇਹਨਾਂ ਦਿਨਾਂ 'ਚ ਆਪਣਾ ਸਾਰਾ ਪਰਿਵਾਰ ਕੌਮ ਤੋਂ ਵਾਰ ਦਿੱਤਾ, ਇਹਨਾਂ ਮਤਲਬ ਕਿ ਹੋਣ ਦੇ ਬਾਵਜੂਦ ਵੀ ਉਸ ਭਾਣੇ ਨੂੰ ਮਿੱਠਾ ਕਰਕੇ ਜਿਹੜਾ ਮੰਨਣਾ, ਸੋ ਬਹੁਤ ਵੱਡੀ ਸ਼ਹਾਦਤ ਹੈ ਅਤੇ ਬੜਾ ਕੁਛ ਸਾਨੂੰ ਸਿੱਖਣ ਨੂੰ ਮਿਲਦਾ। ਸੋ ਇਹਨਾਂ ਦਿਨਾਂ 'ਚ ਪੂਰੀ ਦੁਨੀਆ ਤੋਂ ਜਿਹੜੀ ਸੰਗਤ ਹੈ ਇੱਥੇ ਉਹਨਾਂ ਦੀ ਕੁਰਬਾਨੀ ਨੂੰ, ਸਾਹਿਬਜ਼ਾਦਿਆਂ ਦੀ ਨੂੰ, ਮਾਤਾ ਗੁਜਰੀ ਜੀ ਨੂੰ ਇੱਥੇ ਸਜਦਾ ਕਰਨ ਦੇ ਲਈ ਆਉਂਦੇ ਆ। ਸੋ ਅਸੀਂ ਵੀ ਚਲੋ ਬਤੌਰ ਮੰਤਰੀ ਨੂੰ, ਜਦੋਂ ਮੰਤਰੀ ਨਹੀਂ ਵੀ ਸੀ, ਜਦੋਂ MLA ਵੀ ਸੀ, ਉਸ ਤੋਂ ਪਹਿਲਾਂ ਵੀ ਹਮੇਸ਼ਾ ਤੋਂ ਇੱਥੇ ਆਉਂਦੇ ਹਾਂ, ਅਤੇ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਰਬੱਤ ਦਾ ਭਲਾ ਕਰੇ ਜੋ ਸਾਡੇ ਧਰਮ 'ਚ ਹਮੇਸ਼ਾ ਹੀ ਇੱਥੇ ਅਰਦਾਸ ਕਰਦੇ ਹਾਂ, ਅਤੇ ਬਾਕੀ ਹਮੇਸ਼ਾ ਪਰਮਾਤਮਾ ਸਾਨੂੰ ਇਹ ਬਲ ਬਖਸ਼ੇ ਕਿ ਸੱਚ ਦੇ ਰਾਸਤੇ 'ਤੇ ਚੱਲ ਕੇ ਲੋਕਾਂ ਜਿਹੜੀ ਸੇਵਾ ਉਹ ਕਰ ਸਕੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ 4 ਰੋਜ਼ਾ ਵਿਸ਼ੇਸ਼ ਪ੍ਰੋਗਰਾਮ ਸਫਰੇ ਸ਼ਹਾਦਤ 22 ਦਸੰਬਰ ਤੋਂ ਸ਼ੁਰੂ ਹੋ ਰਹੇ ਨੇ, ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕਾਫਲੇ ਨੂੰ ਸਮਰਪਿਤ ਨੇ। ਫਤਿਹਗੜ੍ਹ ਸਾਹਿਬ ਤੋਂ ਸਾਡੇ ਪੱਤਰਕਾਰ ਜਗਦੇਵ ਸਿੰਘ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨਾਲ ਖਾਸ ਗੱਲਬਾਤ ਕੀਤੀ, ਜਿਸ ਦੌਰਾਨ ਉਹਨਾਂ ਸਮਾਗਮਾਂ ਦੇ ਵੇਰਵੇ ਸਾਂਝੇ ਕੀਤੇ ਅਤੇ ਕਿਹਾ ਕਿ ਸੰਗਤ ਦੀ ਆਮਦ ਨੂੰ ਵੇਖਦਿਆਂ ਇੱਥੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਅਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲ ਆਯੋਜਿਤ ਕੀਤਾ ਜਾਂਦਾ ਹੈ, ਅਤੇ ਇਹ ਸ਼ਹੀਦੀ ਜੋੜ ਮੇਲ ਇਸ ਵਾਰ 26 ਦਸੰਬਰ ਤੋਂ ਆਰੰਭ ਹੋਣ ਜਾ ਰਿਹਾ ਅਤੇ 28 ਦਸੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ, ਅਤੇ ਇਹਨਾਂ ਦਿਹਾੜਿਆਂ ਦੇ ਮੌਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ ਜਿਨ੍ਹਾਂ ਦਾ ਨਾਮ ਸਫਰੇ ਸ਼ਹਾਦਤ ਹੈ। ਕੀ ਸਫਰੇ ਸ਼ਹਾਦਤ ਵਿੱਚ ਪ੍ਰੋਗਰਾਮ ਹੁੰਦੇ ਨੇ ਇਹਨਾਂ ਬਾਰੇ ਅਸੀਂ ਗੱਲ ਕਰਦੇ ਹਾਂ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ। ਭਾਈ ਸਾਹਿਬ, ਅਸੀਂ ਸੰਗਤਾਂ ਨੂੰ ਇਹ ਜਾਣਨਾ ਪਾ ਰਹੇ ਹੋ ਵੀ ਸਫਰੇ ਸ਼ਹਾਦਤ ਦੇ ਕੀ ਪ੍ਰੋਗਰਾਮ ਨੇ, ਕਿੱਥੋਂ ਹੁੰਦੇ ਨੇ ਅਤੇ ਕਿੱਥੇ ਇਹਨਾਂ ਦੀ ਸਮਾਪਤੀ ਹੁੰਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹਰ ਮਨੁੱਖੀ ਹਿਰਦੇ ਨੂੰ ਦਰਵਣ ਵਾਸਤੇ ਮਜਬੂਰ ਕਰ ਦਿੰਦੀ ਹੈ, ਹਰ ਇਨਸਾਨੀ ਅੱਖ ਨਮ ਹੋ ਜਾਂਦੀ ਹੈ। ਗੁਰੂ ਦੇ ਲਾਲਾਂ ਦੀਆਂ ਕੁਰਬਾਨੀਆਂ ਨੂੰ ਲੱਖਾਂ ਲੋਕ ਜਿੱਥੇ ਜਿੱਥੇ ਵੀ ਹਨ ਨਮਸਕਾਰ ਕਰਦੇ ਨੇ।
ਜਿਹੜਾ ਸਫ਼ਰ ਪਰਿਵਾਰ ਨਾਲੋਂ ਵਿਛੜ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਆਰੰਭ ਹੋਇਆ, ਉਹ ਲੋਕਲ ਵੱਸਣ ਵਾਲੇ ਸਿੱਖਾਂ ਦੀਆਂ ਵੀ ਅੱਖਾਂ ਤੋਲੇ ਸੀ ਜਦੋਂ ਆ ਕੇ ਪ੍ਰਚਾਰ ਦਾ ਥੋੜ੍ਹਾ ਸੇਵਾ ਜਿਵੇਂ ਗੁਰੂ ਸਾਹਿਬ ਨੇ ਲਈ, ਅਤੇ ਮੈਂ ਵੇਖਦਾ ਸੀ ਕਿ ਜਿਹੜੇ ਦੋ ਦੋ ਤਿੰਨ ਤਿੰਨ ਕਿਲੋਮੀਟਰ 'ਤੇ ਵੱਸਣ ਵਾਲੇ ਸੀ ਉਹ ਨਹੀਂ ਸੀ ਜਾਣੂ ਕਿ ਇੱਥੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਹੈ। ਸੰਗਤਾਂ ਜਦੋਂ ਸੁਣਦੀਆਂ ਗਈਆਂ ਤਾਂ ਮਨ 'ਚ ਫੁਰਨਾ ਆਇਆ ਕਿ ਸੱਚੇ ਸਾਹਿਬ ਜੀ ਅਸੀਂ ਉਸੇ ਰਾਤ ਉਸੇ ਜਗ੍ਹਾ ਬੈਠ ਕੇ ਮਹਿਸੂਸ ਕਰੀਏ ਕਿ ਉਹ ਪਲ ਕਿੱਦਾਂ ਦੇ ਸੀ। ਤੁਰੇ ਤਾਂ ਕਾਫਲਾ ਬਣ ਗਿਆ, ਅੱਜ ਸਾਰਾ ਪੰਥ ਨਾਲ ਤੁਰਦਾ। ਜਿਸ ਕਾਫਲੇ ਦੀ ਅਗਵਾਈ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਰਦੇ ਨੇ, ਧੰਨ ਮਾਂ ਗੁਜਰ ਕੌਰ ਕਰਦੇ ਨੇ, ਸੋ ਸਰਸਾ ਦੇ ਤੱਟ 'ਤੇ ਪਰਿਵਾਰ ਵਿਛੜਦਾ ਸੱਤ ਪੋਹ ਨੂੰ। ਅਤੇ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ 'ਚ ਜਾ ਕੇ ਟਿਕਾਣਾ ਕਰਦੇ ਸੱਤ ਪੋਹ ਦੀ ਰਾਤ ਦਾ, ਮਾਂ ਗੁਜਰੀ ਜੀ ਅਤੇ ਛੋਟੇ ਲਾਲ ਸੱਤ ਪੋਹ ਦੀ ਰਾਤ ਨੂੰ ਸਰਸਾ ਦੇ ਕਿਨਾਰੇ ਉੱਤੇ ਉਰਲੇ ਪਾਸੇ ਸਰਸਾ ਤੋਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਅੱਜ ਸੁਸ਼ੋਭਿਤ ਹੈ। ਜੰਗਲ ਜਿਹਾ, ਬੇਲਾ, ਝੱਲ, ਬੜੇ ਉੱਥੇ ਡਰਾਉਣਾ ਜਿਹਾ ਰੂਪ ਸੀ ਜਦੋਂ ਅਸੀਂ ਪਹਿਲੀ ਵਾਰੀ ਗਏ, ਥਾਂ ਦੀ ਨਿਸ਼ਾਨੀ ਹੈਗੀ ਸੀ ਕਾਇਮ। ਸੋ ਉੱਥੇ ਹੁਣ ਆਲੀਸ਼ਾਨ ਸਥਾਨ ਬਣਿਆ, ਰਸਤਾ ਬਣਿਆ, ਮਾਰਗ ਬਣਿਆ, ਸਫਰੇ ਸ਼ਹਾਦਤ ਮਾਰਗ ਗੁਰੂ ਸਾਹਿਬ ਦੀ ਕਿਰਪਾ ਨਾਲ ਬਣ ਗਿਆ। ਤੋ ਉਸ ਜਗ੍ਹਾ ਦੇ ਉੱਤੇ ਪਹਿਲੀ ਰਾਤ ਸੱਤ ਪੋਹ ਦੀ ਰਾਤ ਜਿਹੜੀ 22 ਦਸੰਬਰ ਨੂੰ ਆ ਰਹੀ ਹੈ ਉਹ ਕੱਟੀ ਹੈ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੇ। ਇੱਥੋਂ ਗੰਗੂ ਮਿਲਦਾ ਜਿਹੜਾ ਆਪਣੇ ਨਗਰ ਸਹੇੜੀ ਲੈ ਕੇ ਆਉਂਦਾ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ, ਰਾਤ ਰੱਖਦਾ ਅਤੇ ਬਦ ਨੀਅਤ ਅਤੇ ਨਾਮ ਦੇ ਲਾਲਚ ਵਿੱਚ ਗੁਰੂ ਲਾਲਾਂ ਅਤੇ ਮਾਤਾ ਜੀ ਨੂੰ ਸਵੇਰੇ ਕੋਤਵਾਲੀ 'ਚ ਕੈਦ ਕਰਵਾ ਦਿੰਦਾ। ਮੋਰਿੰਡੇ ਕੋਤਵਾਲ ਸਨ ਜਾਨੀ ਖਾਂ ਅਤੇ ਮਾਨੀ ਖਾਂ, ਉਹ ਗ੍ਰਿਫਤਾਰ ਕਰਕੇ ਲਿਜਾਂਦੇ ਆ। 9 ਪੋਹ ਦੀ ਰਾਤ ਮਾਤਾ ਜੀ ਅਤੇ ਸਾਹਿਬਜ਼ਾਦੇ ਉੱਥੇ ਗੁਜ਼ਾਰਦੇ ਆ 24 ਦਸੰਬਰ ਵਾਲੀ ਰਾਤ। ਸੋ 23 ਦਸੰਬਰ ਨੂੰ ਸਿਹੜੀ, 24 ਦਸੰਬਰ ਨੂੰ ਕੋਤਵਾਲੀ ਸਾਹਿਬ, ਉਹ ਸਲਾਖਾਂ ਵਾਲੀ ਕੋਠੜੀ ਕੌਮੀ ਵਿਰਾਸਤ ਵਜੋਂ ਅੱਜ ਵੀ ਸਾਂਭੀ ਹੋਈ ਹੈ, ਜਿਹੜੀ ਗਵਾਹੀ ਭਰਦੀ ਹੈ, ਸ਼ਾਦੀ ਦਿੰਦੀ ਹੈ ਕਿ ਮੈਂ ਨਿੱਘ ਮਾਣਿਆ ਹੈ ਮਾਂ ਗੁਜਰੀ ਜੀ ਦੀ ਸੰਗਤ ਦਾ, ਮੈਂ ਬਚਨ ਸੁਣੇ ਨੇ ਸਾਹਿਬਜ਼ਾਦਿਆਂ ਦੇ ਮਿੱਠੇ ਮਿੱਠੇ, ਮੈਂ ਬਾਣੀ ਦੀਆਂ ਲੋਰੀਆਂ, ਇੱਕ ਇੱਕ ਇੱਟ ਜਦੋਂ ਸਾਡੀ ਸੁਰਤ ਜੁੜੇਗੀ ਉਸ ਅਸਥਾਨ 'ਤੇ ਬੈਠ ਕੇ, ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸੁਭਾਗੀ ਮਿੱਟੀ ਵੀ ਭਾਗਾਂ ਵਾਲੀ ਹੋ ਗਈ ਜਿਹਨੂੰ ਸਾਹਿਬਜ਼ਾਦਿਆਂ ਦੀ ਸ਼ੋਅ ਪ੍ਰਾਪਤ ਹੋਈ। ਸੋ 9 ਪੋਹ ਨੂੰ 24 ਦਸੰਬਰ ਹੈ ਜੋ ਉਸ ਜਗ੍ਹਾ 'ਤੇ ਸਾਹਿਬਜ਼ਾਦੇ ਰੁਕਦੇ ਆ, ਫਿਰ ਕੈਦੀਆਂ ਦੇ ਰੂਪ ਵਿੱਚ ਸਰਹੰਦ ਲਿਆਂਦਾ ਜਾਂਦਾ, ਜਿੱਥੇ ਠੰਡੇ ਬੁਰਜ ਵਿੱਚ 3 ਰਾਤਾਂ ਮਾਤਾ ਜੀ ਅਤੇ ਸਾਹਿਬਜ਼ਾਦੇ ਗੁਜ਼ਾਰਦੇ ਆ। ਸੋ ਉਹ ਜਿਹੜੇ 4 ਪੜਾਅ ਨੇ ਸ਼ਹੀਦੀ ਤੋਂ ਪਹਿਲਾਂ, ਪਹਿਲਾ ਪੜਾਅ ਬਾਬਾ ਕੁੰਮੇ ਮਾਸ਼ਕੀ ਦੀ ਛੰਨ, ਦੂਜਾ ਸਹੇੜੀ ਪਿੰਡ, ਤੀਸਰਾ ਕੋਤਵਾਲੀ ਸਾਹਿਬ ਅਤੇ ਚੌਥਾ ਮੰਜ਼ਿਲ ਠੰਡਾ ਬੁਰਜ, ਜਿਹਦੀ ਸਰਦਲ 'ਤੇ ਬੈਠ ਕੇ ਕੌਮੀ ਲੇਖਾ ਜੋਖਾ ਹਰ ਸਾਲ ਹੁੰਦਾ 25 ਦਸੰਬਰ ਨੂੰ, ਇਸ ਵਾਰੀ ਵੀ ਕਿ ਕੀ ਖੱਟਿਆ, ਕੀ ਗਵਾਇਆ, ਕੀ ਮਾਰਗ ਸੀ, ਕੀ ਮਕਸਦ ਸੀ, ਕੀ ਕਾਰਨ ਸਨ ਸ਼ਹੀਦੀ ਦੇ, ਕੀ ਅੱਜ ਉਹ ਕਾਰਨ ਸਾਰ ਕਰ ਲਏ ਨੇ ਅਸੀਂ, ਸਾਡੇ ਫਰਜ਼ ਕੀ ਨੇ, ਕੀ ਪੂਰਨੇ ਪਾਏ। ਸੋ ਸਾਰੀਆਂ ਬਾਤਾਂ ਅਸੀਂ ਅਹਿਸਾਸ ਕਰਦੇ ਹੋਏ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ ਕਿ ਇਕੱਲੇ ਨਹੀਂ ਬੈਠੇ, ਅੱਜ ਵੀ ਸਾਹਿਬਜ਼ਾਦੇ ਸਾਡੇ ਨਾਲ ਬੈਠੇ ਆ, ਅਸੀਂ ਜੁੜਦੇ ਹਾਂ, ਸਾਰਾ ਪੰਥ ਜੁੜਦਾ। ਸੋ ਬਹੁਤ ਕੁਝ ਠੰਡਾ ਬੁਰਜ ਸਿੱਖੀ ਦੀ ਮੈਂ ਸਮਝਦਾ ਯੂਨੀਵਰਸਿਟੀ ਹੈ, ਜਿੱਥੋਂ ਸਿਦਕ ਨਿਭਾਉਣ ਦੀ ਜਾਚ ਸਿੱਖਦੇ ਹਾਂ ਅਸੀਂ, ਜਿੱਥੋਂ ਸਿਰੜ ਦੀ ਸੱਚ ਦੀ ਪਹਿਰੇਦਾਰੀ ਸਿੱਖਦੇ ਹਾਂ। ਸੋ ਠੰਡਾ ਬੁਰਜ ਸਫਰੇ ਸ਼ਹਾਦਤ ਦੀ ਮੰਜ਼ਲੇ ਮਕਸੂਦ ਹੈ, ਜਿੱਥੇ 25 ਦਸੰਬਰ 10 ਪੋਹ ਨੂੰ ਸਾਰਾ ਪੰਥ ਇਕੱਠਾ ਹੁੰਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ 3 ਰੋਜ਼ਾ ਸ਼ਹੀਦੀ ਜੋੜ ਮੇਲ ਮੌਕੇ ਸੜਕਾਂ ਦੀ ਸਫਾਈ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਸਫਾਈ ਸੇਵਾ ਅਭਿਆਨ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ, ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆਂ, ਦਲਜੀਤ ਸਿੰਘ ਮੰਗਟ ਕਮਿਸ਼ਨਰ ਪਟਿਆਲਾ ਡਿਵੀਜ਼ਨ,
ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪ੍ਰਨੀਤ ਸ਼ੇਰਗਿੱਲ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਸਫਾਈ ਅਭਿਆਨ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵੱਖ ਵੱਖ ਆਗੂਆਂ ਨੇ ਸੰਤ ਕਸ਼ਮੀਰ ਸਿੰਘ ਜੀ ਪੂਰੀਵਾਲਾ ਵੱਲੋਂ ਆਰੰਭ ਕੀਤੀ ਗਈ ਸਫਾਈ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਪਿਛਲੇ ਕਾਫੀ ਟਾਈਮ ਤੋਂ ਬਾਬਾ ਕਸ਼ਮੀਰਾ ਸਿੰਘ ਜੀ ਪੂਰੀਵਾਲੇ ਇਹ ਸੇਵਾ ਕਰ ਰਹੇ ਨੇ ਔਰ ਸਫਾਈ ਦੀ ਸੇਵਾ ਜਿਹੜੀ ਜਿੱਥੇ ਆਪਾਂ ਲੰਗਰ ਲਾਉਂਦੇ ਹਾਂ ਹੋਰ ਕੰਮ ਕਰਦੇ ਹਾਂ ਇਹਦੇ ਨਾਲ ਨਾਲ ਸਫਾਈ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਦਾ ਮੈਡਮ ਡੀ ਸੀ ਦਾ MLA ਸਾਹਿਬ ਰਾਏ ਸਾਹਿਬ ਦਾ ਉਚੇਚੇ ਤੌਰ 'ਤੇ ਬਾਬਾ ਹਰਪਾਲ ਸਿੰਘ ਜੀ ਦਾ ਹੈੱਡ ਗ੍ਰੰਥੀ ਸਾਹਿਬ ਜਿਨ੍ਹਾਂ ਨੇ ਅਰਦਾਸ ਕਰਕੇ ਇਹ ਸੇਵਾ ਦੀ ਆਰੰਭਤਾ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਔਰ ਸੰਗਤ ਨੂੰ ਅਪੀਲ ਕਰਦਾ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲਓ। ਆਏ ਸਾਲ ਦੀ ਤਰ੍ਹਾਂ ਅੱਜ ਵੀ ਅਸੀਂ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਦੀ ਅਗਵਾਈ ਵਿੱਚ ਕਾਰ ਸੇਵਾ ਸਫਾਈ ਦੀ ਸਟਾਰਟ ਕੀਤੀ ਹੈ। ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਸਾਡੇ ਪ੍ਰਸ਼ਾਸਨ ਸਾਡੇ ਕਮਿਸ਼ਨਰ ਸਾਹਿਬ DC ਸਾਹਿਬ ਚੀਮਾ ਸਾਹਿਬ ਸਾਰੀ ਪਾਰਟੀਆਂ ਦੇ ਅਸੀਂ ਰਲ ਕੇ ਇੱਥੇ ਕੋਈ ਪਾਰਟੀਬਾਜ਼ੀ ਹੈ ਕਿ ਸਿਸਟਮ ਦਾ ਨਹੀਂ ਇੱਥੇ ਸਾਰੇ ਇਕੱਠੇ ਹੋ ਕੇ ਸਾਡਾ ਫਰਜ਼ ਹੈ ਕਿ ਅਸੀਂ ਜਿੰਨੀ ਲੱਖਾਂ ਦੀ ਤਾਦਾਦ ਸੰਗਤ ਆਉਂਦੀ ਉਹਨਾਂ ਨੂੰ ਸਹੂਲਤਾਂ ਦੇਈਏ ਸਾਫ਼ ਸੁਥਰਾ ਵਾਤਾਵਰਨ ਦੇਈਏ ਸਾਰੇ ਅਸੀਂ ਇਸ ਲਈ ਵਚਨਬੱਧ ਹੈ ਔਰ ਸਫਾਈ ਦੀ ਸ਼ੁਰੂਆਤ ਅੱਜ ਬਾਬਾ ਭੂਰੀ ਵਾਲਿਆਂ ਨੇ ਕੀਤੀ ਹੈ। ਮੈਂ ਧੰਨਵਾਦ ਕਰਦਾ ਔਰ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਆਪਣਾ ਆਲਾ ਦੁਆਲਾ ਇੱਥੇ ਸਾਰਾ ਸਾਫ਼ ਕਰੀਏ ਜਿੰਨੀ ਵੀ ਸੰਗਤ ਆਊਗੀ ਉਹਨੂੰ ਕੋਈ ਸੁਵਿਧਾ ਕੋਈ ਤਕਲੀਫ ਨਾ ਰਹੇ ਸਾਰੀਆਂ ਸੁਵਿਧਾ ਮਿਲਣ ਇਹ ਸਾਡਾ ਉਪਰਾਲਾ ਹੋਣਾ ਚਾਹੀਦਾ। ਬੜਾ ਇੱਜ਼ਤ ਅਤੇ ਮਾਣ ਮਿਲਿਆ ਅੱਜ ਕਾਰ ਸੇਵਾ ਵਿੱਚ ਭਾਗ ਲੈਣ ਦਾ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਸਾਜ ਸੰਗਤ ਦੀ ਪੂਰੀ ਸੇਵਾ ਸ਼ਰਧਾ ਨਾਲ ਸਾਰੇ ਅਸੀਂ ਉਹਨਾਂ ਨਾਲ ਇਕੱਠੇ ਹੋਵਾਂਗੇ ਅਤੇ ਅੱਜ ਇਸ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਾਂਗੇ। ਬਾਬਾ ਜੀ ਭੂਰੀ ਸਾਹਿਬ ਵੱਲੋਂ ਸਾਡੇ ਇੱਥੇ ਉਹਨਾਂ ਨੇ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਹੈਗਾ ਸਫਾਈ ਦਾ। ਸਾਡੀਆਂ ਸਾਰੀ ਟੀਮਸ ਲੱਗੀਆਂ ਹੋਈਆਂ ਨੇ, ਵੱਖ ਵੱਖ ਮਿਊਂਸੀਪਲ ਕਮੇਟੀਜ਼ ਤੋਂ ਟੀਮਸ ਆਈਆਂ ਨੇ, ਬਟ ਇਹਨਾਂ ਵੱਲੋਂ ਜੋ ਸਾਨੂੰ ਇੱਕ ਸਪੋਰਟ ਮਿਲਦੀ ਹੈ ਉਹਨਾਂ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ। ਨਾਲ ਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੋ ਕਿ ਲੰਗਰ ਲਗਾ ਰਹੇ ਨੇ ਕਿ ਸਿੰਗਲ ਯੂਜ਼ ਆਫ ਪਲਾਸਟਿਕ ਨੂੰ ਅਵੋਇਡ ਕੀਤਾ ਜਾਏ ਅਤੇ ਜੋ ਸਾਡੇ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਜਿਹਦੇ 'ਚ ਕਿ ਅਸੀਂ ਸ਼ਾਮ ਨੂੰ ਜੋ ਰਹਿੰਦ ਖੂੰਹਦ ਹੋਏਗੀ ਉਹ ਕਲੈਕਸ਼ਨ ਹੋਏਗੀ ਉਹਦੇ 'ਚ ਵੀ ਸਾਡਾ ਸਾਥ ਦਿੱਤਾ ਜਾਏ ਤਾਂ ਕਿ ਅਸੀਂ ਕਿਸੇ ਵੀ ਸ਼ਰਧਾਲੂ ਨੂੰ ਕੋਈ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਏ, ਸਪੈਸ਼ਲੀ ਗਾਰਬੇਜ ਨੂੰ ਲੈ ਕੇ। ਸੋ ਇੱਕ ਵਾਰ ਫਿਰ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਆਏ ਨੇ ਅਤੇ ਨਾਲ ਉਹ ਆਪਣੀ ਪੂਰੀ ਟੀਮ ਲੈ ਕੇ ਆਏ ਨੇ ਜਿਹਦੇ 'ਚ ਸਾਨੂੰ ਬਹੁਤ ਮਦਦ ਹੋਏਗੀ ਅਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਮਦਦ ਹੋਏਗੀ। ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਜੋ ਹਰ ਸਾਲ ਬਾਬਾ ਜੀ ਪ੍ਰਸ਼ਾਸਨ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਗੁਰੂ ਸਾਹਿਬ ਸੇਵਾ ਲੈਂਦੇ ਸਾਹਿਬਜ਼ਾਦੇ ਸਾਹਿਬ ਅਤੇ ਇਹ 20 ਤਰੀਕ ਤੋਂ ਸੇਵਾ ਸ਼ੁਰੂ ਹੋਈ ਸੀ ਅਤੇ ਇਹ 29 ਤਰੀਕ ਤੱਕ ਸੇਵਾ ਚੱਲੇਗੀ। ਬਾਕੀ ਜੇ ਪ੍ਰਸ਼ਾਸਨ ਜਿਵੇਂ ਹੁਕਮ ਕਰੇਗਾ ਇੱਕ ਦੋ ਦਿਨ ਗਾਂਹ ਪਿਛਾਂਹ ਵੀ ਕਰਨਾ ਪਵੇਗਾ ਤਾਂ ਸੇਵਾ ਹੀ ਲੰਗਰਾਂ ਦੀ ਬਾਥਰੂਮ ਵਗੈਰਾ ਹੋਰ ਰੋਡਾਂ ਦੀ ਸੇਵਾ ਸਾਰੀ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਕੇ ਜਾਵਾਂਗੇ। ਅੱਜ ਮਹਾਂਪੁਰਸ਼ ਭੂਰੀ ਵਾਲੇ ਜਿਨ੍ਹਾਂ ਨੇ ਸਫਾਈ ਦੀ ਸੇਵਾ ਸ਼ੁਰੂ ਕਰਵਾਈ ਹੈ ਸਮੁੱਚੀਆਂ ਸੰਗਤਾਂ ਸਮੁੱਚੀਆਂ ਪਾਰਟੀਆਂ ਮਾਨਯੋਗ MLA ਸਾਹਿਬ ਰਾਏ ਸਾਹਿਬ ਸਰਦਾਰ ਜਗਦੀਪ ਸਿੰਘ ਚੀਮਾ ਜੀ ਅਤੇ ਸਮੁੱਚੀਆਂ ਪਾਰਟੀਆਂ ਨੇ ਅੱਜ ਇਹਦੀ ਸ਼ੁਰੂਆਤ ਦੇ ਵਿੱਚ ਭਾਗ ਲਿਆ। ਮੈਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਔਰ ਬੇਨਤੀ ਵੀ ਕਰਦਾ ਕਿ ਆਓ ਆਪਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਸਜਦਾ ਕਰੀਏ ਨਮਸਕਾਰ ਕਰੀਏ ਔਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਾਂ ਅੰਮ੍ਰਿਤਧਾਰੀ ਬਣੀਏ ਔਰ ਅੰਮ੍ਰਿਤ ਛਕੇ ਗੁਰੂ ਦੇ ਸਿੰਘ ਸਜੀ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਗਰਾਉਂ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਦਾ ਖੁੱਲ੍ਹਾ ਵਿਰੋਧ ਕੀਤਾ ਗਿਆ ਉੱਥੇ ਹੀ ਪੰਜਾਬ ਵਿੱਚ
ਵਿਗੜਦੀ ਕਾਨੂੰਨ ਵਿਵਸਥਾ ਖਿਲਾਫ਼ ਪੰਜਾਬ ਸਰਕਾਰ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ। ਇਸ ਦੌਰਾਨ ਮੰਚ ਉੱਤੋਂ ਆਗੂਆਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਾਂਗਰਸ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਰਾਜ ਕੁਮਾਰ ਚੱਬੇਵਾਲ, ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਗਟ ਸਿੰਘ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਆਪਣੀ ਮੰਗ ਹਾਈ ਕਮਾਂਡ ਅੱਗੇ ਰੱਖੀ ਗਈ ਹੈ। ਇਸ ਮੌਕੇ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਆਮ ਆਦਮੀ ਪਾਰਟੀ ਦੇ ਖਿਲਾਫ਼ ਤਿੱਖੇ ਸ਼ਬਦੀ ਹਮਲੇ ਬੋਲੇ। ਕੋਈ ਇਸ ਹੱਕ ਦੇ ਵਿੱਚ ਨਹੀਂ ਆ ਵੀ ਆਪਾਂ ਕਿਤੇ ਇਹਨਾਂ ਨਾਲ ਸਮਝੌਤਾ ਕਰ ਲਈਏ, ਤੇ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇੜੇ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਬੱਸ ਤੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ। ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ, ਚਲੋ ਸਾਰੇ ਚੱਲੀਏ ਰਲ ਕੇ। ਸੋ ਆਪਾਂ ਸਾਰੇ ਇਸ ਗੱਲ ਦਾ ਅਪੋਜ਼ ਵੀ ਕਰੀਏ, ਕਿਉਂਕਿ ਜਿੱਥੇ ਦੇਸ਼ ਨੂੰ ਖਤਰਾ, ਕਿਉਂਕਿ ਬੀਜੇਪੀ ਦੀ ਬੀ ਟੀਮ, ਮੈਂ ਇਸ ਕਰਕੇ ਕਹਿੰਦਾ, ਇਹ ਜਿੱਥੋਂ ਬਣ ਕੇ ਆਈ ਹੈ ਨਾ, ਇਹ ਉਸ 2013 ਦੀ ਗੱਲ ਹੈ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ ਬੀ ਟੀਮ ਕੱਢੀ ਤਾਂ ਕਿ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਸਾਰੇ ਰਲ ਕੇ ਇਹਦੇ ਤੇ ਪਹਿਰਾ ਦੇਈਏ। ਤੁਹਾਡੇ ਤੋਂ ਲੈ ਕੇ ਸਾਨੂੰ ਕੇ ਸੀ ਵੇਣੂਗੋਪਾਲ ਜੀ ਦੇ ਨਾਲ ਹਾਈ ਕਮਾਂਡ ਦੇ ਨਾਲ ਮਿਲਣ ਦਾ ਮੌਕਾ ਮਿਲਿਆ, ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਦੱਸ ਦਿੱਤੀ ਹੈ ਕਿ ਭਾਈ ਜੇ ਤੁਸੀਂ ਗੱਠਜੋੜ ਕਰਨਾ, ਜੇ ਪੰਜਾਬ ਨੂੰ ਦਿੱਲੀ ਜਾਂ ਉੱਤਰ ਪ੍ਰਦੇਸ਼ ਬਣਾਉਣਾ ਤਾਂ ਫਿਰ ਗੱਠਜੋੜ ਕਰ ਲਓ, ਕਿਉਂਕਿ ਦੁਬਾਰਾ ਕਾਂਗਰਸ ਨਹੀਂ ਆਉਣੀ। ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਇੰਸ ਵਗੈਰਾ ਕਰ ਲਿਆ ਤੇ ਭਾਈ ਸੁਈਸਾਈਡ ਕਰਨ ਨਾਲ ਉਹ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ, ਅਸੀਂ ਉਸ ਅਲਾਇੰਸ ਦੇ ਵਿੱਚ ਆਉਣਾ ਕੋਈ ਨਹੀਂ। ਨਵਜੋਤ ਸਿੱਧੂ ਦੇ ਨਰਮ ਗਰਮ ਟਵੀਟ ਨੇ ਮੁੜ ਸਿਆਸਤ ਭਖਾ ਦਿੱਤੀ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਨਾਲ ਲੜਨ ਦਾ ਐਲਾਨ ਕੀਤਾ ਸੀ, ਉੱਥੇ ਹੀ ਸਿੱਧੂ ਖਿਲਾਫ਼ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਲੀਡਰਾਂ ਨੇ ਤਿੱਖੇ ਪ੍ਰਤੀਕਰਮ ਦਿੱਤੇ ਸਨ। ਹੁਣ ਨਵਜੋਤ ਸਿੰਘ ਸਿੱਧੂ ਨੇ ਮੁੜ ਟਵੀਟ ਕਰਕੇ ਲਿਖਿਆ ਕਿ ਉਹਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਕਾਂਗਰਸ ਦੀ ਵਿਚਾਰਧਾਰਾ ਪੰਜਾਬ ਦੀ ਪੁਨਰ ਸੁਰਜੀਤੀ ਦੇ ਏਜੰਡੇ ਦਾ ਪ੍ਰਚਾਰ ਕਰਨ ਅਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਲਈ ਜਵਾਬਦੇਹ ਬਣਾਉਣ ਲਈ ਸਭ ਕਾਂਗਰਸੀ ਵੀ ਇੱਕ ਪਿੰਡ ਜਾਂ ਇੱਕ ਸ਼ਹਿਰ ਵਿੱਚ ਇਕੱਠੇ ਹੋਣ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਵਜੋਂ ਚੁਣਦੇ ਨੇ। ਇਹ ਸਾਡੀ ਪਾਰਟੀ ਨੂੰ ਮਜ਼ਬੂਤ ਕਰਦਾ ਕਿਉਂਕਿ ਵੱਧ ਤੋਂ ਵੱਧ ਲੋਕ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ਉੱਤੇ ਲੀਡਰਸ਼ਿਪ ਦਾ ਨਿਰਮਾਣ ਹੋਵੇਗਾ। 8000 ਸਮਰਥਕਾਂ ਲਈ ਅੜਿੱਕਾ ਬਣ ਕੇ ਸਹੂਲਤ ਕਿਉਂ ਨਹੀਂ? ਉਹਨਾਂ ਸਵਾਲ ਪੁੱਛੇ ਕਿ ਕੀ ਪੰਜਾਬ ਦੇ ਲੋਕ ਤੁਹਾਡੀਆਂ ਪਾਰਟੀ ਦੇ ਏਜੰਡੇ 'ਤੇ ਵਿਸ਼ਵਾਸ ਕਰਦੇ ਨੇ ਅਤੇ ਤੁਹਾਨੂੰ ਬਦਲ ਵਜੋਂ ਮੰਨਦੇ ਨੇ? ਇਹ ਸਭ ਕੁਝ ਬਹੁਤ ਮਹੱਤਵਪੂਰਨ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਅੰਦਰ ਬੰਦੀ ਸਿੱਖਾਂ ਬਾਰੇ ਦਿੱਤੇ ਗਏ ਬਿਆਨ ਉੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੀਆਂ ਜੇਲ੍ਹਾਂ ਵਿੱਚ 3-3 ਦਹਾਕਿਆਂ ਤੋਂ ਬੰਦ ਸਿੱਖ ਕੈਦੀਆਂ ਦੇ ਮਾਨਵ ਅਧਿਕਾਰ ਕਿਸੇ ਸੰਵਿਧਾਨਿਕ ਅਹੁਦੇਦਾਰ ਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ। ਉਹਨਾਂ ਕਿਹਾ ਕਿ ਸਿੱਖ ਪਹਿਲਾਂ ਹੀ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਆਪਣੇ ਹੀ ਦੇਸ਼ ਅੰਦਰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਹੁਣ ਗ੍ਰਹਿ ਮੰਤਰੀ ਦੇ ਸੰਸਦ ਵਿੱਚ ਦਿੱਤੇ ਤਾਜ਼ਾ ਬਿਆਨ ਨੇ ਸਿੱਖਾਂ ਦੇ ਮਨਾਂ ਨੂੰ ਇੱਕ ਵਾਰ ਫਿਰ ਤੋਂ ਗਹਿਰੀ ਸੱਟ ਮਾਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਰਤੀ ਆਜ਼ਾਦੀ ਲਈ ਸਿੱਖਾਂ ਦੀਆਂ 90% ਕੁਰਬਾਨੀਆਂ ਸਰਕਾਰ ਨੂੰ ਕਦੇ ਵੀ ਨਹੀਂ ਭੁੱਲਣੀਆਂ ਚਾਹੀਦੀਆਂ। ਜੇ ਸੰਸਦ ਅੰਦਰ ਗ੍ਰਹਿ ਮੰਤਰੀ ਆਪਣਾ ਬਿਆਨ ਦੇ ਰਹੇ ਨੇ, ਉਹ ਸੰਸਦ ਵੀ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਹੀ ਕਾਇਮ ਹੋਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਸੰਵਿਧਾਨ ਦੇ ਦਾਇਰੇ ਅੰਦਰ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ 2019 ਵਿੱਚ ਆਪਣੇ ਨੋਟੀਫਿਕੇਸ਼ਨ ਰਾਹੀਂ ਇਸ ਨੂੰ ਪ੍ਰਵਾਨ ਕਰ ਚੁੱਕੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ 2019 ਵਾਲਾ ਆਪਣਾ ਨੋਟੀਫਿਕੇਸ਼ਨ ਲਾਗੂ ਕਰੇ। ਐਡਵੋਕੇਟ ਧਾਮੀ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਪਣੇ ਹੀ ਇਸ ਨੋਟੀਫਿਕੇਸ਼ਨ ਦੀ ਭਾਵਨਾ ਦੇ ਬਿਲਕੁਲ ਉਲਟ ਅਤੇ ਹੈਰਾਨੀਜਨਕ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਕਿਹਾ ਕਿ ਇਹ ਮਾਮਲਾ ਮਿਲ ਬੈਠ ਕੇ ਵਿਚਾਰਨ ਵਾਲਾ ਹੈ, ਜਿਸ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਸਤੇ ਸਮਾਂ ਵੀ ਮੰਗਿਆ ਹੋਇਆ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿੱਖ ਬੰਦੀਆਂ ਦੇ ਸੰਜੀਦਾ ਮਾਮਲੇ 'ਤੇ ਗੱਲਬਾਤ ਵਿੱਚ ਆਉਣ। ਰਾਜਪੁਰਾ ਦੇ ਪਿੰਡ ਖਰਾਜਪੁਰਾ ਦੇ ਜਸਕਰਨਜੋਤ ਸਿੰਘ ਨੇ ਦੇਸ਼ ਵਿੱਚ ਹਾਈ ਜੰਪ ਵਿੱਚ 1.75 ਮੀਟਰ ਦਾ ਰਿਕਾਰਡ ਬਣਾਇਆ ਅਤੇ ਗੋਲਡ ਮੈਡਲ ਹਾਸਲ ਕੀਤਾ ਹੈ। ਨੈਸ਼ਨਲ ਸਕੂਲ ਗੇਮਸ ਇੰਡੀਆ ਵਿੱਚ ਪੰਜਾਬ ਦੇ ਸ਼ਹਿਰ ਰਾਜਪੁਰਾ ਦੇ ਸਰਕਾਰੀ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਜਸਕਰਨਜੋਤ ਸਿੰਘ ਨੇ ਹਾਈ ਜੰਪ ਗੇਮ ਵਿੱਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਿਸ ਤੋਂ ਬਾਅਦ ਉਹ ਰਾਜਪੁਰਾ ਪਹੁੰਚੇ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਕਾਰੀ NTC ਸਕੂਲ ਦੇ ਵਿੱਚ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਉਸਦਾ ਸਨਮਾਨ ਵੀ ਕੀਤਾ ਗਿਆ। ਦੱਸ ਦਈਏ ਕਿ ਇਹ ਮੁਕਾਬਲਾ ਲਖਨਊ ਵਿਖੇ ਹੋਇਆ ਸੀ, ਜਿੱਥੇ ਦੇਸ਼ ਭਰ ਦੇ ਸਕੂਲੀ ਵਿਦਿਆਰਥੀ ਪਹੁੰਚੇ ਸਨ। ਜਸਕਰਨਜੋਤ ਸਿੰਘ ਜੀ, ਕਿਹੜੀ ਗੇਮ 'ਚ ਤੁਸੀਂ ਪਹਿਲਾ ਸਥਾਨ ਹਾਸਲ ਕੀਤਾ? ਮੈਂ ਹਾਈ ਜੰਪ 'ਚ ਲਿਆ ਜੀ। ਕਿੱਥੇ ਹੋਈ ਗੇਮ ਸਰ? ਪਹਿਲੇ ਹੋਈ ਸੀ ਖੇਡਾਂ ਵੱਲੋਂ ਪੰਜਾਬ ਦੀਆਂ 'ਚ, ਉਸ 'ਚ ਮੇਰੀ ਸੈਕਿੰਡ ਪੁਜੀਸ਼ਨ ਆਈ ਸੀਗੀ, ਫਿਰ ਸੀਗੇ ਸਕੂਲਾਂ ਵੱਲੋਂ, ਉਹਨਾਂ 'ਚ ਮੇਰਾ ਗੋਲਡ ਆਇਆ ਸੀਗਾ, ਹੁਣ ਨੈਸ਼ਨਲ ਹੋਈ ਲਖਨਊ ਵਿੱਚ ਹਾਈ ਜੰਪ ਦਾ, ਉਹ 'ਚ ਮੇਰਾ ਗੋਲਡ ਆਇਆ ਜੀ। ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਮਹਿਸੂਸ ਤਾਂ ਬਹੁਤ ਵਧੀਆ ਹੋ ਰਿਹਾ ਜੀ। ਕਿਹਨੂੰ ਦੇਣਾ ਸਿਹਰਾ ਚਾਹੁੰਦੇ ਹੋ? ਹਾਂਜੀ, ਸਾਰੀ ਮਿਹਨਤ ਦਾ ਸਿਹਰਾ ਕਿਹਨੂੰ ਦੇਣਾ ਚਾਹੁੰਦੇ? ਸਾਰੀ ਮਿਹਨਤ ਦਾ ਸਿਹਰਾ ਸਭ ਤੋਂ ਪਹਿਲੇ ਤਾਂ ਪਰਵਿੰਦਰ ਮੈਮ, ਜਿਹੜੇ ਮੈਨੂੰ ਐਸਕਾਬਲ ਚੁਣਿਆ, ਦੂਸਰਾ ਮੇਰੇ ਪਾਪਾ ਦਾ ਜੋ ਕਿ ਜਿੱਥੇ ਕਿੱਥੇ ਮੇਰੇ ਨਾਲ ਜਾਂਦੇ ਨੇ, ਤੀਸਰਾ ਸਾਰੇ ਸਕੂਲ ਦੇ ਸਟਾਫ ਦਾ ਅਤੇ ਮੈਮ ਦਾ। ਕਿਹੜੀ ਕਿਹੜੀ ਟੀਮਾਂ ਕਿੱਥੋਂ ਕਿੱਥੋਂ ਟੀਮਾਂ ਉੱਥੇ ਪਹੁੰਚੀਆਂ ਸਨ? ਉੱਥੋਂ ਸਾਰੇ ਇੰਡੀਆ ਦੇ ਆਏ ਸੀਗੇ ਟੀਮਾਂ ਜੀ, ਸਾਰੇ ਸਟੇਟਾਂ ਦੀਆਂ ਉਹ ਆਏ ਸੀਗੇ। ਜੀ, ਮੇਰਾ ਨਾਮ ਜਸਵੰਤ ਸਿੰਘ ਮਨੀ ਹੈ ਜੀ, ਪਿੰਡ ਮੇਰਾ ਖਰਾਜਪੁਰ ਹੈ ਜੀ। ਕੀ ਕਹਿਣਾ ਚਾਹੋਗੇ ਅੱਜ ਬੇਟੇ ਲਈ? ਮਾਣ ਵਾਲੀ ਗੱਲ ਹੈ, ਦੇਖੋ ਜੀ, ਇੰਨਾ ਕੁ ਵੱਡੇ ਮਾਣ ਵਾਲੀ ਗੱਲ ਹੈ ਕਿ ਮੇਰੇ ਖਿਆਲ 'ਚ ਮੈਂ ਉਹਨਾਂ ਨੂੰ ਲਫ਼ਜ਼ਾਂ 'ਚ ਬਿਆਨ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੈ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪਰਮਿੰਦਰ ਮੈਮ ਦਾ, ਜਿਨ੍ਹਾਂ ਨੇ ਕਿ ਸਾਡੇ ਬੇਟੇ ਨੂੰ ਇਸ ਕਾਬਿਲ ਚੁਣਿਆ, ਕਿਉਂਕਿ ਸਾਨੂੰ ਪਤਾ ਨਹੀਂ ਸਾਡਾ ਬੇਟਾ ਇਸ ਕਾਬਿਲ ਹੈ, ਪਰ ਇਹਨਾਂ ਨੇ, ਕਿਉਂ ਕਹਿੰਦੇ ਕਿ ਹੀਰੇ ਦੀ ਕੀਮਤ ਜਵਾਰੀ ਨੂੰ ਪਤਾ ਹੁੰਦੀ ਹੈ ਜੀ, ਅਤੇ ਪਰਮਿੰਦਰ ਮੈਮ ਡੀ ਡੀ ਪੀ ਮੈਮ ਨੇ ਇਹਨਾਂ ਦੇ, ਉਹਨਾਂ ਨੇ ਇਸ ਕਾਬਿਲ ਸਮਝਿਆ, ਅਤੇ ਅੱਜ ਬੱਚੇ ਨੇ ਪਹਿਲਾਂ ਖੇਡਾਂ ਪੱਧਰ ਪੰਜਾਬ ਦੇ ਵਿੱਚ ਵੀ ਸੈਕਿੰਡ ਮਿਸ਼ਨ ਆਈ ਜੀ, ਪੰਜਾਬ ਵਿੱਚੋਂ ਗੋਲਡ ਮੈਡਲ ਜਿੱਤਿਆ ਜੀ ਉਹਦੇ ਵਿੱਚ। ਫਿਰ ਉਸ ਤੋਂ ਬਾਅਦ ਜੋ ਹੁਣ ਗੇਮਾਂ ਹੋਈਆਂ ਨੇ ਜੀ ਨੈਸ਼ਨਲ ਲੈਵਲ 'ਤੇ, ਐਥਲੈਟਿਕਸ ਮੀਟ ਹੋਈ ਹੈ, 67ਵੀਂ ਨੈਸ਼ਨਲ ਗੇਮ ਉਹ 'ਚ ਬੇਟੇ ਨੇ ਵੀ ਗੋਲਡ ਮੈਡਲ ਜਿੱਤੇ, ਉੱਥੇ ਸਾਰੇ ਆਲ ਇੰਡੀਆ ਤੋਂ ਹੀ ਟੀਮਾਂ ਆਈਆਂ ਹੋਈਆਂ ਸਨ, ਅਤੇ ਉੱਥੇ ਟੀਮਾਂ ਦੇ ਬੜੇ ਬੱਚੇ ਸੀਗੇ ਜਿਹੜੇ ਐਥਲੈਟਿਕਸ ਸੀ, ਉਹ ਤਾਂ ਯਾਨੀ ਕਿ ਇੰਨੇ ਕੁ ਜ਼ਿਆਦਾ ਹੈਵੀ ਲੱਗ ਰਹੇ ਸੀ, ਇੰਨੇ ਉੱਚੇ ਲੰਮੇ ਸੀ, ਸੋਚਦੇ ਪਰ ਕੀ, ਪਰ ਬੇਟੇ ਨੇ ਮਿਹਨਤ ਕੀਤੀ ਸੀਗੀ ਅਤੇ ਮੈਮ ਦਾ ਆਸ਼ੀਰਵਾਦ ਅਤੇ ਮਿਹਨਤ ਨਾਲ ਸੀ ਜਿਹਨੀ ਕੋਚਿੰਗ ਦਿੱਤੀ ਹੈ ਇਹਨਾਂ ਨੇ, ਅਤੇ ਪ੍ਰਿੰਸੀਪਲ ਮੈਮ ਬਾਕੀ ਸਾਰੇ ਸਟਾਫ ਦੀਆਂ ਦੁਆਵਾਂ ਨਾਲ ਸਨ, ਅਤੇ ਬੇਟਾ ਅੱਜ ਗੋਲਡ ਮੈਡਲ ਲੈ ਕੇ ਪੰਜਾਬ ਦੀ ਝੋਲੀ, ਸਾਡੇ ਪੰਜਾਬ ਦਾ ਨਾਮ, ਰਾਜਪੁਰੇ ਦਾ ਨਾਮ, ਕੋਐਡ ਸੀਨੀਅਰ ਸੈਕੈਂਡਰੀ ਸਕੂਲ NTC ਸਕੂਲ ਦਾ ਨਾਮ, ਸਾਡੇ ਪਿੰਡ ਦਾ ਖਰਾਜਪੁਰ ਦਾ ਨਾਮ ਅਤੇ ਰਾਜਪੁਰ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕੀਤਾ ਹੈ। ਸਾਡੇ ਸਕੂਲ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੱਚਾ ਨੈਸ਼ਨਲ ਗੇਮਸ ਦੇ ਵਿੱਚੋਂ ਬੱਚਾ ਗੋਲਡ ਮੈਡਲ ਲੈ ਕੇ ਆਇਆ। ਨਾ ਸਿਰਫ ਇਹ ਰਾਜਪੁਰੇ ਦੇ ਲਈ ਮਾਣ ਦੀ ਗੱਲ ਹੈ, ਮੈਂ ਇਹੀ ਕਹੂੰਗੀ ਕਿ ਸਾਰੇ ਪੰਜਾਬ ਦੇ ਲਈ ਮਾਣ ਦੀ ਗੱਲ ਹੈ ਕਿ ਬੱਚੇ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਵਧਾਈ ਦਿੰਦੀ ਹਾਂ, ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਨੂੰ ਵੀ ਵਧਾਈ ਦਿੰਦੀ ਹਾਂ, ਅਤੇ NTC ਸਕੂਲ ਦੇ ਸਾਰੇ ਜਿਹੜੇ ਸਟਾਫ ਦੇ ਮੈਂਬਰਸ ਨੇ, ਅਤੇ ਪਰਮਿੰਦਰ ਮੈਡਮ ਖਾਸ ਤੌਰ 'ਤੇ ਬੱਚੇ ਦੇ ਗਾਈਡ ਟੀਚਰ, ਜਿਨ੍ਹਾਂ ਨੇ ਬੱਚੇ ਨੂੰ ਚੰਗੀ ਅਗਵਾਈ ਦਿੱਤੀ ਅਤੇ ਬੱਚੇ ਨੂੰ ਉਹਨਾਂ ਨੇ ਠੀਕ ਰਸਤੇ 'ਤੇ ਪਾਇਆ, ਬੱਚੇ ਨੇ ਸਕੂਲ ਦਾ ਜਿਹੜਾ ਨਾਂ ਹੈ ਰੋਸ਼ਨ ਕੀਤਾ। ਬੱਚੇ ਦੇ ਮਾਪੇ ਜਿਹੜੇ ਇਹ ਜਿਵੇਂ ਆਪਾਂ ਕਹਾਂਗੇ ਕਿ ਟਿੱਬਿਆਂ ਦੇ ਵਿੱਚੋਂ ਬੱਚਾ ਉੱਠਿਆ, ਠੀਕ ਹੈ, ਟਿੱਬਿਆਂ ਤੋਂ ਬੱਚਾ ਉੱਠ ਕੇ ਉਸਨੇ ਮਿਹਨਤ ਕੀਤੀ ਅਤੇ ਇਹ ਮੁਕਾਮ ਹਾਸਲ ਕੀਤਾ। ਅਤੇ ਮੈਨੂੰ ਬਹੁਤ ਹੀ ਮਾਣ ਹੈ ਕਿ ਬੱਚੇ ਨੇ ਸਕੂਲ ਦਾ ਅਤੇ ਪੰਜਾਬ ਦਾ ਨਾਂ ਹੈ ਜਿਹੜਾ ਰੋਸ਼ਨ ਕੀਤਾ।
ਅਤੇ ਮੈਂ ਇਸ ਦੇ ਲਈ ਇਸ ਦੇ ਮਾਪਿਆਂ ਨੂੰ ਜਸਕਰਨਜੋਤ ਨੂੰ ਅਤੇ ਪਰਮਿੰਦਰ ਕੌਰ ਮੈਡਮ ਨੂੰ ਵਧਾਈ ਦਿੰਦੀ ਹਾਂ। ਮੈਂ ਐਜ਼ ਏ ਪੀ ਟੀ ਆਈ ਐਨ ਟੀ ਸੀ ਸਕੂਲ ਦੇ ਵਿੱਚ ਕੰਮ ਕਰ ਰਹੀ ਹਾਂ ਅਤੇ ਇਹ ਬੱਚਾ 8th ਕਲਾਸ ਦਾ ਬੱਚਾ ਹੈ। ਔਰ ਚਲੋ ਸ਼ੁਰੂ ਤੋਂ ਮੈਂ ਇੰਨਾ ਲੰਬੀ ਹਿਸਟਰੀ ਨਹੀਂ ਦੱਸਾਂਗੀ, ਤਾਂ ਮਤਲਬ ਕਿ ਇਹਦੇ ਵਿੱਚ ਕੋਈ ਉਹ ਨਹੀਂ ਸੀਗਾ ਕਿ ਇਹ ਖੇਡਾਂ ਦੇ ਵਿੱਚ ਅੱਗੇ ਆਇਆ ਜਾਂ ਇਹਨੂੰ ਮੈਂ ਬੇਸਿਕਲੀ ਇਹਨੂੰ ਬਿਲਕੁਲ ਗਰਾਊਂਡ ਲੈਵਲ ਤੋਂ ਚੁੱਕਿਆ ਉੱਪਰ, ਅਤੇ ਮੇਰੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਅੱਜ ਕਿ ਚਲੋ ਸਿਖਾਇਆ, ਸਾਡੇ ਦੁਆਰਾ ਸਿਖਾਇਆ ਹੋਇਆ ਬੱਚਾ ਅੱਜ ਨੈਸ਼ਨਲ ਪੱਧਰ 'ਤੇ ਗੋਲਡ ਮੈਡਲ ਲੈ ਕੇ ਆਇਆ। ਅਸੀਂ ਧੰਨਵਾਦ ਕਰਦੇ ਹਾਂ ਇਸ ਸੰਸਥਾ ਦਾ, ਐਨ ਟੀ ਸੀ ਦਾ, ਪ੍ਰਿੰਸੀਪਲ ਮੈਮ ਦਾ ਕਿ ਮੈਮ ਨੇ ਸਾਨੂੰ ਇੰਨਾ ਮਾਣ ਦਿੱਤਾ, ਅੱਜ ਅਸੀਂ ਇਸ ਮੁਕਾਮ 'ਤੇ ਖੜ੍ਹੇ ਹਾਂ। ਕੋਈ ਪੰਜਾਬ ਸਰਕਾਰ ਵੱਲੋਂ ਕੋਈ ਮਾਣ ਸਨਮਾਨ ਮਿਲਿਆ ਹੋਵੇ ਪਹਿਲਾਂ ਜਾਂ? ਨਹੀਂ, ਹਾਲੇ ਤੱਕ ਕੋਈ ਨਹੀਂ ਹੈ। ਔਰ ਇਹ ਬੱਚਾ ਜੇ ਅਸੀਂ ਸ਼ਾਇਦ ਤੁਹਾਨੂੰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਦੇਖੋ ਕਿ ਇਹ ਬੱਚਾ ਜਿਸ ਲੈਵਲ 'ਤੇ ਖੇਡ ਰਿਹਾ ਸੀਗਾ ਅੱਜ ਉਹ ਦੇਖੋ, ਬਿਲਕੁਲ ਮਿੱਟੀ ਦੇ ਵਿੱਚ ਖੇਡਿਆ ਬੱਚਾ। ਔਰ ਅਸੀਂ ਸਿਰਫ ਇੱਕ ਜੈਵਲਿਨ ਦਾ ਲਾ ਕੇ ਅਸੀਂ ਹਾਈ ਜੰਪ ਲਈ ਇਹਦਾ ਬਣਾਇਆ ਹੋਇਆ ਸੀਗਾ, ਕੋਈ ਸਾਨੂੰ ਮੈਟ ਦੀ ਫੈਸਿਲਿਟੀ ਨਹੀਂ ਸੀਗੀ ਔਰ ਜਸਟ ਇਹਨੂੰ ਮੈਟ ਉੱਥੇ ਹੀ ਮਿਲਿਆ ਜਿੱਥੇ ਇਹਦਾ ਕੰਪੀਟੀਸ਼ਨ ਹੋਇਆ। ਅੱਜ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ਰਾਜਪੁਰੇ ਦੀ ਸ਼ਾਨ ਬੜਾਈ ਹੈ ਸਾਡੇ ਬੱਚੇ ਨੇ ਜਿਹੜਾ ਇਹ ਹਾਈ ਜੰਪ 'ਚ ਰਿਕਾਰਡ ਤੋੜ ਕੇ ਆਇਆ, ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਤਾਂ ਇਸ ਤੋਂ ਇਹ ਵੀ ਹੁੰਦਾ ਕਿ ਅੱਜ ਇਹ ਬੱਚਾ ਸਾਡਾ ਨੈਸ਼ਨਲ 'ਚ ਗਿਆ ਤਾਂ ਅੱਗੇ ਵੀ ਬਹੁਤ ਉਚਾਈਆਂ 'ਤੇ ਜਾਊਗਾ। ਇਹਦੇ ਨਾਲ ਸਕੂਲ ਨੂੰ, ਪੇਰੈਂਟਸ ਦਾ ਇੱਕ ਅਲੱਗ ਹੀ ਮਾਣ ਵੱਧਦਾ ਹੈ। ਅੱਜ ਮੈਂ ਸਕੂਲ ਨੂੰ, ਟੀਚਰਸ ਨੂੰ ਔਰ ਪੇਰੈਂਟਸ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਔਰ ਪਰਮਾਤਮਾ ਅੱਗੇ ਦੁਆ ਕਰਦੀ ਹਾਂ ਕਿ ਸਾਡਾ ਇਹ ਬੱਚਾ ਬਹੁਤ ਤਰੱਕੀਆਂ ਕਰੇ। ਕਿਉਂਕਿ ਜਿਵੇਂ ਤੁਸੀਂ ਵੀ ਜਾਣਦੇ ਹੋ, CM ਸਾਹਿਬ ਭਗਵੰਤ ਮਾਨ ਜੀ ਦਾ ਇੱਕੋ ਹੀ ਸੁਪਨਾ ਕਿ ਸਾਡੇ ਬੱਚੇ ਖੇਡਣ, ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੋ ਕੇ ਗਰਾਊਂਡਾਂ 'ਚ ਆਉਣ। ਜੇ ਬੱਚੇ ਗਰਾਊਂਡਾਂ 'ਚ ਆਉਣਗੇ ਤਾਂ ਨੈਚੁਰਲੀ ਨਸ਼ਿਆਂ ਤੋਂ ਦੂਰ ਰਹਿਣਗੇ। ਇਹ ਬੱਚਾ ਸਾਡਾ ਉਸ ਦੀ ਮਿਸਾਲ ਬਣੂਗਾ ਔਰ ਇਹ ਦੂਜੇ ਬੱਚਿਆਂ ਲਈ ਵੀ ਪ੍ਰੇਰਨਾ ਬਣੂਗਾ ਤਾਂ ਕਿ ਹੋਰ ਬੱਚਿਆਂ 'ਚ ਵੀ ਜੋਸ਼ ਆਊਗਾ ਕਿ ਅਸੀਂ ਵੀ ਕੁਛ ਕਰੀਏ ਤਾਂ ਸਾਨੂੰ ਵੀ ਅਸੀਂ ਵੀ ਮੈਡਲ ਪ੍ਰਾਪਤ ਕਰ ਸਕੀਏ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਹਨ, ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।